मैं फिर आ गए। सब राज्य खुश है। असिया भाई तैयार है शिमला कुफरी ते चैल जान लई ते कर लिया गड्डियां स्टार्ट ते चल पियां गड्डियां मेरे वीडियो पेटा ही पेटा ला रखी हैं। बापू कहिंदा गाने लाने सवेरे सवेरे असी 5 बजे चले सी ते अगे जाके चलो मैं गाने ला ले। साडे बंदे पिछे रह गए सी इन्हां दी वेट कर रहे सीगे हौली हौली जा रहे सी ते हुण असीं जा रहे हां सीधा चैल। ड्राइवर मास्क उतार के हाँ मैं क्या कहनी शूटिंग जल्दी भी तैयार कितना आ गया आपा मैं तो पहचाने तो नहीं क्यों मैं पहचान नहीं आया थोनू भी मैं कौन हूँ मेरी पहचानी जाए यार सच्ची ठीक है जी आओ जी तैयार हूँ हाँ तैयार हैं जी कितने जा रहे हैं मैंने तो नहीं पता ਸਾਨੂੰ ਵੀ ਨਹੀਂ ਪਤਾ ਜੀ ਜਿੱਥੇ ਲੈ ਚੱਲਾਂਗੇ ਉੱਥੇ ਚੱਲ ਪਾਂਗੇ ਆਏ ਨੇ ਬਈ ਸੁਸੂ ਹੀ ਨਹੀਂ ਕੀਤਾ ਆਈ ਭੱਜ ਲਿਆ ਕਹਿੰਦਾ ਵੀ ਵੀਡੀਓ ਬਣ ਰਹੀ ਆ ਉੱਥੇ ਆ ਗਿਆ ਕਹਿੰਦੇ ਜਿੱਥੇ ਬਰਫ ਏ ਬਰਫ ਹੁਣ ਤਾਂ ਨਹੀਂ ਖੈਰ ਪੈ ਰਹੀ ਪਰ ਪੈਂਦੀ ਹੈ ਤੇ ਬਹੁਤ ਸੋਹਣਾ ਘੈਂਟ ਜਿਹਾ ਵਿਊ ਆ ਤੇ ਬਾਕੀ ਸਾਰੇ ਵੀ ਇੱਥੇ ਫੋਟੋਆਂ ਫੋਟੋਆਂ ਖਿੱਚੀ ਜਾਂਦੇ ਆ ਬੰਦੇ ਅਸੀਂ ਵਾਲੇ ਆ ਚੱਲ ਚੱਲੀ ਆਪਾਂ ਫਿਰ ਚਾਹ ਕਾਰ ਚ ਬੈਠ ਓਏ ਭੂਮੀ ਆ ਜਾ ਅੱਛਾ ਇੱਧਰ ਇੱਧਰ ਤਾਂ ਦੇਖ ਮੇਰੇ ਵੱਲ ਜਗ੍ਹਾ ਨਾ ਦੂਸਰੀ ਚ ਆਹੀ ਕਰਦਾ ਵੇ ਬਿਨਾ ਗਾਣੇ ਤੋਂ ਨੱਚੀ ਜਾਂਦਾ ਕਿਹਨੂੰ ਆਇਆ ਨੀ ਚਾਚੂ ਚਾਚੂ ਚਾਚੀ ਨੂੰ ਤਾਂ ਬਿਠਾ ਆਏ ਤਾਂ 420 ਹੈ
ਹਿੱਟ ਕੀ ਕਰਨੀ ਓਏ ਅੱਛਾ ਜੀ ਚੱਲ ਆ ਜਾਓ ਫਿਰ ਰੋਟੀ ਪਾਣੀ ਖਾ ਇੰਨੇ ਸਾਰੇ ਪਰੌਂਠੇ ਤਾਈ ਇੰਨੇ ਸਾਰੇ ਹੈ ਤੂੰ ਏ ਤੂੰ ਕੀ ਖਾਏਂਗਾ ਅੱਛਾ ਜੀ ਬਟਰ ਨਾਨ ਤੂੰ ਲਾਏਗਾ ਫਿਰ ਮੈਂ ਇੱਥੇ ਪਰੌਂਠੇ ਹੀ ਪਰੌਂਠੇ ਹੋ ਗਏ ਸੀ ਮੇਰੇ ਵੀਰੇ ਪਰੌਂਠੇ ਹੀ ਪਰੌਂਠੇ ਅਤੇ ਬਹੁਤ ਖਾਧੇ ਇਹ ਪਤਾ ਕਿਵੇਂ ਖਾ ਰਿਹਾ ਸੀ ਇਹ ਚਿਪਸ 'ਚ ਚਾੜ ਹੋ ਕੇ ਖਾ ਰਿਹਾ ਸੀ ਨਹੀਂ ਚਾਹ 'ਚ ਚਿਪਸ ਜਦੋਂ ਮੈਂ ਵੀਡੀਓ ਬਣਾਉਣ ਲੱਗ ਗਿਆ ਤਾਂ ਮੈਂ ਨਹੀਂ ਡਬਾਉਂਦਾ ਇਹ ਸਭ ਤੋਂ ਛੋਟਾ ਬੰਦਾ ਜਿਹੜਾ ਸਾਡੇ ਨਾਲ ਗਿਆ ਸੀ ਅਤੇ ਇਹਨੇ ਨਜ਼ਾਰਾ ਲਿਆ ਕੇ ਰੱਖਿਆ ਐਨ ਫੁੱਲ ਐਂਟਰਟੇਨਮੈਂਟ ਆਹ ਦੇਖ ਲਓ ਬਿਨਾਂ ਗਾਣੇ ਤੋਂ ਹੀ ਨੱਚੀ ਜਾਂਦਾ ਸੀ ਸ਼ਹਿਰ ਤਾਂ ਸਭ ਆਪਾਂ ਪਹੁੰਚ ਗਏ ਅਤੇ ਹੁਣ ਦੱਸੋ ਕੀ ਇੱਥੇ ਦੇਖਣ ਵਾਲਾ ਇਹਨਾਂ ਨੂੰ ਪੁੱਛਣ ਹਾਂ ਜੀ ਕੀ ਇੱਥੇ ਦੇਖਣ ਵਾਲਾ ਕਿਸੇ ਨੂੰ ਪਤਾ ਕੀ ਦੇਖਣਾ ਭਾਈ ਲੋਕ ਹਾਂ ਮਾਤਾ ਤੇਰੇ ਵੈਕਸੀਨ ਲੱਗੀ ਤਾਂ ਹੋਈ ਹੈ ਤੂੰ ਕਿਉਂ ਆਹ ਲਾਇਆ ਮਾਸਕ ਨਾ ਕੋਈ ਨੀ ਫੜਦਾ ਛੱਟ ਨਜ਼ਾਰਾ ਰਹਿ ਠੰਡਾ ਮੌਸਮ ਚਲੋ ਬਾਈ ਸੈਬੀ ਥੱਕ ਗਿਆ ਆਹ ਬੈਠੇ ਕਹਿੰਦੇ ਹੁਸਨਾ ਦੀ ਡਾਣੀ ਹੈਨਾ ਪੋਜ ਕੋਈ ਪੋਜ ਚਾਚੂ ਐਕਸਪੀਰੀਅੰਸ ਸ਼ੇਅਰ ਕਰੋ ਚੈਲ ਦਾ ਮਾੜਾ ਜਿਹਾ ਐਕਸਪੀਰੀਅੰਸ ਸ਼ੇਅਰ ਕਰੋ ਮਾੜਾ ਜਿਹਾ ਚੈਲ ਦਾ ਫੋਟੋ ਹੀ ਆਊਗੀ ਕੱਲੀ ਹੋਰ ਕੁਛ ਨਹੀਂ ਹੁੰਦਾ ਹੋਰ ਕੁਛ ਨਹੀਂ ਹੁੰਦਾ ਇੱਥੇ ਠੀਕ ਹੈ ਸੈਬੀ ਅੱਗੇ ਤੋਂ ਤਾਂ ਨਹੀਂ ਆਉਂਦਾ ਇੱਥੇ ਓਏ ਛੋਟੂ ਤੈਨੂੰ ਐਕਟਰ ਬਣਾਉਣਾ ਤੈਨੂੰ ਠੀਕ ਹੈ ਪੁੱਤਰੀ ਕੀ ਹੈ ਕਾਲੀ ਟਿੱਬਾ ਟੈਂਪਲ ਬਹੁਤ ਉੱਚਾ ਅਤੇ ਘੈਂਟ ਐਕਸਪੀਰੀਅੰਸ ਵਾਈਲਡ ਡਰਾਈਵਿੰਗ ਉਹ ਤੋਂ ਬਾਅਦ ਬਈ ਅਸੀਂ ਆ ਕਾਲੀ ਮਾਤਾ ਦੇ ਮੱਥਾ ਟੇਕਿਆ ਫਿਰ ਅਸੀਂ ਵਾਪਸੀ ਨੀਚੇ ਨੂੰ ਉਤਰਨਾ ਸਟਾਰਟ ਕੀਤਾ ਅਤੇ ਉਹ ਤੋਂ ਬਾਅਦ ਅਸੀਂ ਗਏ ਕੁਫਰੀ ਐਡਵੈਂਚਰ ਕਰਨ ਲਈ ਅਤੇ ਅੱਗੇ ਦੇਖੋ ਉੱਥੇ ਵੀ ਬੜਾ ਨਜ਼ਾਰਾ ਆ ਇਹ ਤੋਂ ਬਾਅਦ ਅਸੀਂ ਥੋੜ੍ਹਾ ਐਂਟਰਟੇਨਮੈਂਟ ਵੀ ਕੀਤਾ ਨੱਚੇ ਟੱਪੇ ਮੰਦਰ ਤੋਂ ਬਾਅਦ ਮੰਦਰ 'ਚ ਵੀ ਬੜਾ ਮਜ਼ਾ ਆਇਆ ਕੁੜੀ
ਉਹ ਕਹਿੰਦੇ ਆ ਨਾ ਬਾਈ, ਕਹਿੰਦਾ ਜਿੱਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਉਹ ਤਾਂ ਜਨਰੇਟਰ ਤੇ ਨੱਚ ਲੈਣ। ਸਾਡੇ ਲਈ ਤਾਂ ਫਿਰ ਵੀ ਗਾਣੇ ਗੂਣੇ ਹੈਗੇ ਸੀ ਨੱਚਣ ਨੂੰ, ਤੇ ਬਹੁਤ ਨੱਚੇ ਇੱਥੇ। ਮੈਨੂੰ ਲੱਗਦਾ ਅਸੀਂ ਘੰਟਾ ਡੇਢ ਘੰਟਾ ਇੱਥੇ ਹੀ ਰਹੇ, ਵਧੀਆ ਮੌਸਮ ਸੀ ਤੇ ਨੱਚੀ ਗਏ। ਬਾਗੇ ਤੋਂ ਤੇਰੇ ਕੋਲ ਆਇਆ ਕਰਾਂਗਾ, ਮੂੰਹ ਦਿਖਾ ਮਾੜਾ ਜਿਹਾ। ਘੋੜੇ ਘੁੜੇ ਕਰਾਲੇ, ਘੋੜਿਆਂ ਤੇ ਬਹਿੰਦੇ ਆ ਉੱਥੇ, ਮੈਨੂੰ ਲੱਗਦਾ ਵੀਡੀਓ ਤੇ ਨਹੀਂ ਬਣਨੀ, ਤੇ ਬਾਕੀ ਜੇ ਬਣੀ ਤਾਂ ਮੈਂ ਰਹਿੰਦਾ ਨੀ ਵੀਡੀਓ ਤੋਂ ਬਣਾਏ ਬਿਨਾਂ। ਤੇ ਉੱਥੇ ਜਾ ਕੇ ਐਡਵੈਂਚਰ ਐਡਵੈਂਚਰ ਦੇਖਦੇ ਆ। ਵੈਸੇ ਇੱਥੇ ਤਾਂ ਮੈਨੂੰ ਲੱਗਦਾ ਹੋਣਾ ਨਹੀਂ, ਕਿਉਂਕਿ ਮੌਸਮ ਬਹੁਤ ਖਰਾਬ ਹੋ ਰਿਹਾ। ਸਨੋਫਾਲ ਨਹੀਂ ਹੋ ਰਹੀ ਪਰ ਪਰੇ 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 ਛੇ ਵੀ ਹੈ ਗੱਲ, ਠੀਕ ਹੈ ਛੱਲ ਮੋੜ ਥੋੜੇ ਤੇ ਚੜ੍ਹਨ ਦੀ ਇੰਨੀ ਕਾਹਲੀ ਆ। ਓਏ ਜਵਾਕ ਜਿਹਾ, ਓਏ ਭੂਮੀ ਤੂੰ ਵੀ ਜਾਏਗਾ ਘੋੜੇ ਤੇ ਬੈਠੇਗਾ, ਘੋੜੇ ਨੇ ਅੱਤ ਮਾਰੀ ਜੇ ਹੈ ਓਏ ਹੈ ਕਿੱਥੇ ਬੈਠੇ ਆਪਾਂ ਆਹੀ ਕਾਲਾ ਵੀ ਮਿਲਿਆ ਬਾਈ ਪੈਂਦੀ ਆ ਫਿਰ ਤੱਕ ਚਾਚੀ ਡਰਨਾ ਨੀ ਮੈਂ ਤਾਂ ਉੱਥੇ ਜਾਊਂ ਮੰਮੀ ਚੀਜ਼ ਲੈ ਲਾ ਹੁਣ ਪਾਲੋ ਪਾਲੋ। ਚਲੋ ਪਹਿਲਾਂ ਜਾ ਕੇ ਗੱਡੀ 'ਚ ਬੈਠੋ ਜਲਦੀ ਜਲਦੀ, ਫਿਰ ਤੁਹਾਨੂੰ ਕੋਈ ਇੱਕ ਹੋਰ ਚੀਜ਼ਾਂ ਦਿਖਾਉਂਦੇ ਹਾਂ। ਕਾਰ ਨੀ ਹੈਗੀ ਪਿਕਅਪ ਹੈ ਉਹ। ਹੈਲੋ ਹੌਸਲਾ ਰੱਖੋ, ਆ ਦੇਖੋ ਆਪਾਂ ਹੈਗੇ ਤਿਆਰ ਜਿਪ ਲਾਈਨ, ਦੇਖਦੇ ਹਾਂ ਫਸਟ ਐਕਸਪੀਰੀਅੰਸ। ਐਡਵੈਂਚਰ ਹੀ ਐਡਵੈਂਚਰ ਆ ਮੇਰੇ ਵੀਰੋ।
ਮੈਂ ਆਹ ਜੰਪ ਜਿਹਾ ਕੀਤਾ ਨਾ, ਅੱਧ ਚ ਰੂਹ ਜੀ ਛੱਡ ਗਈ ਸੀ ਸਾਥ, ਪਰ ਚਲੋ ਮੈਂ ਰੱਬ ਤੇ ਸਹਾਰਾ ਰੱਖਿਆ ਤਾਂ ਬਚ ਕੇ ਜੇ ਆ ਗਿਆ, ਨਹੀਂ ਤਾਂ ਔਖਾ ਹੀ ਸੀ ਕੰਮ। ਇੱਥੇ ਤਾਂ ਬਈ ਯਾਰਾਂ ਨੇ ਮਿਥ ਲਿਆ ਸੀ ਵੀ ਯਾਰ ਉੱਤੇ ਤੱਕ ਜਾਣਗੇ ਜਾਣਗੇ ਕੁਛ ਹੋ ਜੇ, ਤੇ ਯਾਰ ਪਹੁੰਚ ਵੀ ਗਏ। ਸਿਰ ਨੂੰ ਦੂਰ ਰੱਖ, ਬੜਾ ਨਜ਼ਾਰਾ ਐਡਵੈਂਚਰ ਕਰਕੇ, ਹੁਣ ਘੋੜਿਆਂ ਤੇ ਫਿਰ ਵਾਪਸੀ, ਯੂਟਿਊਬ ਤੇ ਪਾਈਓ ਚੱਲਦੇ ਬਸ। ਘੋੜੀ ਘੋੜੇ ਆਪਣਾ ਕਾਲੂ ਕੱਢ ਲੈ ਬਈ, ਮੋਤੀ ਤੇ ਕਾਲੂ ਦੋਵੇਂ ਕੱਢ ਲਾ, ਖੜੇ ਆ ਮੋਤੀ ਤੇ ਕਾਲੂ ਤਾਂ ਰਾਹੁਲ। ਆ ਬਈ ਮੇਰਾ ਘੋੜਾ, ਇਹ ਤੋਂ ਬਾਅਦ ਅਸੀਂ ਚੱਲ ਗਏ ਬਈ ਸ਼ਿਮਲਾ ਇੱਕ ਨਾਈਟ ਸਟੇ ਕਰਕੇ, ਤੇ ਆ ਅਸੀਂ ਹੁਣ ਫਿਰਦੇ ਹਾਂ ਮਾਲ ਰੋਡ। ਮਾਲ ਰੋਡ ਤੇ ਅਸੀਂ ਦੇਖਿਆ ਨਜ਼ਾਰਾ, ਵੈਦਰ ਬਹੁਤ ਘੈਂਟ ਸੀ। ਬਾਜ਼ਾਰ ਤਾਂ ਖੈਰ ਬੰਦ ਪਿਆ ਸੀ ਕਿਉਂਕਿ ਅਸੀਂ ਥੋੜ੍ਹਾ ਜਲਦੀ ਆ ਗਏ ਸੀਗੇ, ਬਟ ਫਿਰ ਵੀ ਦੇਖਣ ਵਾਲਾ ਸੀ। ਇਹ ਤੋਂ ਬਾਅਦ ਤਾਂ ਚਲੋ ਮੀਂਹ ਹੋ ਪੈ ਗਿਆ ਸੀ, ਬਹੁਤ ਜ਼ਿਆਦਾ ਮੀਂਹ ਸੀਗਾ। ਬਾਈ ਇੱਕ ਬਹੁਤ ਘੈਂਟ ਕਪਲ ਕੈਪਚਰ ਕੀਤਾ ਮੈਂ, ਆ ਨੈਕਸਟ ਵੀਡੀਓ ਆ ਦੇਖਿਓ। ਕਹਿੰਦੇ ਘੁੰਮਣ ਆਏ ਨੇ ਡੇਟ ਤੇ ਫਿਰਦੇ ਆ ਵੀ ਲੈਂਦੇ ਨੇ ਯਾਰ, ਪਰ ਇਹਨਾਂ ਦਾ ਸਬੂਤ ਨਹੀਂ ਦਿਖ ਰਿਹਾ ਕਿੱਥੇ, ਲੱਗਦਾ ਹੋਇਆ ਨਹੀਂ ਹੋਣਾ ਸਬੂਤ ਤੋਂ। ਬਈ ਮੇਰਾ ਭਾਵ ਸੀ ਇਹਨਾਂ ਦਾ ਜਵਾਕ ਅੱਖਾਂ ਬਿੱਲੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਸੁਰਮਾ ਪਾ ਕੇ। ਮੀਂਹ ਨੇ ਬਾਈ ਇੰਨਾ ਕੁ ਬੁਰਾ ਹਾਲ ਕਰਤਾ ਸੀ ਸਭ ਦਾ, ਸਾਰੇ ਭਿੱਜ ਗਏ ਸੀ, ਟੋਟਲੀ ਭਿੱਜ ਗਏ ਸੀ। ਐ ਸੀ ਵੀ ਚੱਲ ਵੀ ਹੁਣ ਤਾਂ ਬਿਮਾਰ ਹੋਣਾ ਹੀ ਆ, ਵੀ ਲੈ ਲਓ ਨੀ ਯਾਰ ਜਿੰਨਾ ਕੁ ਸ਼ਿਮਲਾ ਘੁੰਮਿਆ ਜਾਂਦਾ ਘੁੰਮ ਲਓ, ਤਾਂ ਕਰਕੇ ਘੁੰਮ ਰਹੇ ਸੀ ਬਸ ਅਸੀਂ। ਬਾਕੀ ਨਹੀਂ ਕੋਈ ਜੀ ਨਹੀਂ ਕਰ ਰਿਹਾ ਸੀ ਘੁੰਮਣ ਦਾ, ਠੰਡ ਬੜੀ ਜ਼ਿਆਦਾ ਸੀ, ਕੱਪੜੇ ਵੀ ਹੈ ਨਹੀਂ ਸੀ ਠੰਡ ਵਾਲੇ। ਇਹ ਤੋਂ ਬਾਅਦ ਬਈ ਅਸੀਂ ਚੱਲ ਪਏ ਵਾਪਸੀ ਘਰੇ। ਸਾਈਡ ਸੀਨ ਬੜਾ ਘੈਂਟ ਸੀ, ਨਜ਼ਾਰੇ ਲੈਂਦੇ ਗਏ ਜਿਵੇਂ ਹੈ ਨਾ, ਨਜ਼ਾਰੇ ਬਹੁਤ ਵਾਰ ਹੋ ਗਿਆ, ਮੈਂ ਬਹੁਤ ਵਾਰ ਕਹਿ ਤਾ ਨਜ਼ਾਰੇ ਨਜ਼ਾਰੇ, ਚਲ ਕੋਈ ਨਹੀਂ ਵੈਸੇ ਜਿਹਨੇ ਨਜ਼ਾਰੇ ਲਿੱਤੇ ਉਹੀ ਕਹੂਗਾ ਨਜ਼ਾਰੇ, ਅਤੇ ਮੀਨਸ ਬੜਾ ਮਜ਼ਾ ਆਇਆ। ਇੱਥੇ ਅਸੀਂ ਰੋਕ ਆਹ ਟਨਲ ਵੀ ਬੜੀ ਘੈਂਟ ਸੀ ਯਾਰ, ਬਹੁਤ ਘੈਂਟ ਲੱਗੀ ਆ ਟਨਲ, ਬਹੁਤ ਵੱਡੀ ਸੀ, ਲੱਗਦਾ ਹੋਣੀ ਆ ਕਿਲੋ ਦੋ ਕਿਲੋਮੀਟਰ ਵਿੱਚ। ਹਾਂ ਵੀ
ਇਹ ਤੋਂ ਬਾਅਦ ਬਈ ਅਸੀਂ ਪਹੁੰਚ ਗਏ ਘਰੇ। ਬਹੁਤ ਘੈਂਟ ਰਿਹਾ ਸਾਰਾ ਟੂਰ ਫੈਮਿਲੀ ਨਾਲ। ਫੈਮਿਲੀ ਨਾਲ ਜਾਇਓ, ਬਹੁਤ ਸਵਾਦ ਆਉਂਦਾ। ਪੈਂਦੀ ਆ ਫਿਰ ਤੱਕ ਚੈਂਪੀਅਨ।